ਓਨਟਾਰੀਓ ਵਿੱਚ ਹੁਣ ਜਦੋਂ ਸਟੇ ਐਟ ਹੋਮ ਆਰਡਰ ਬੁੱਧਵਾਰ ਨੂੰ ਖਤਮ ਹੋਣ ਜਾ ਰਹੇ ਹਨ ਤਾਂ ਅਜਿਹੇ ਵਿੱਚ ਪ੍ਰੀਮੀਅਰ ਵੱਲੋਂ ਆਪਣੇ ਮੰਤਰੀ ਮੰਡਲ ਵਿੱਚ ਫੇਰ ਬਦਲ ਕਰਨ ਦੀਆਂ ਕਨਸੋਆਂ ਹਨ। ਭਾਵੇਂ ਮਹਾਂਮਾਰੀ ਦਾ ਦੌਰ ਅਜੇ ਮੁੱਕਿਆ ਨਹੀਂ ਹੈ ਪਰ ਫੋਰਡ ਜ਼ਾਹਰਾ ਤੌਰ ਉੱਤੇ ਅਗਲੀਆਂ ਪ੍ਰੋਵਿੰਸ਼ੀਅਲ ਚੋਣਾਂ ਲਈ ਆਪਣੀ ਟੀਮ ਤਿਆਰ ਕਰਨ ਜਾ ਰਹੇ ਹਨ। ਵੀਰਵਾਰ ਨੂੰ ਗਰਮੀ ਦੀਆਂ ਛੁੱਟੀਆਂ ਸ਼ੁਰੂ ਹੋਣ ਨਾਲ ਵਿਧਾਨ ਸਭਾ ਦੀ ਕਾਰਵਾਈ ਵੀ ਬੰਦ ਹੋ ਜਾਵੇਗੀ ਅਤੇ ਇਸ ਦੌਰਾਨ ਫੋਰਡ ਆਪਣੇ ਮੰਤਰੀ ਮੰਡਲ ਵਿੱਚ ਫੇਰ ਬਦਲ ਕਰਨਗੇ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਗਰਮੀਆਂ ਵਿੱਚ ਕਾਫ਼ੀ ਤਬਦੀਲੀਆਂ ਹੋਣਗੀਆਂ। ਇੱਕ ਸਾਲ ਵਿੱਚ ਓਨਟਾਰੀਓ ਵਿੱਚ ਚੋਣਾਂ ਹੋਣਗੀਆਂ ਅਤੇ ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਮਹਾਂਮਾਰੀ ਕਾਰਨ ਪੈਦਾ ਹੋਏ ਅਸਥਿਰਤਾ ਵਾਲੇ ਮਾਹੌਲ ਦਾ ਪ੍ਰੋਵਿੰਸ ਦੀਆਂ ਅਗਲੀਆਂ ਚੋਣਾਂ ਉੱਤੇ ਕਾਫ਼ੀ ਅਸਰ ਪਵੇਗਾ। ਅਗਲੀਆਂ ਚੋਣਾਂ ਤੋਂ ਪਹਿਲਾਂ ਫੋਰਡ ਆਪਣੀ ਕੈਬਨਿਟ ਟੀਮ ਵਿੱਚ ਹੋਰ ਵੰਨ ਸੁਵੰਨੀ ਲਿਆਉਣਾ ਚਾਹੁੰਦੇ ਹਨ।